ਨਸ਼ੇ ਦੇ ਕੇਸ ਦੇ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੋ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਪਹੁੰਚੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ। ਕਰੀਬ ਇੱਕ ਘੰਟਾ ਸੁਖਪਾਲ ਸਿੰਘ ਖਹਿਰਾ ਤੇ ਰਾਜਾ ਵੜਿੰਗ ਦੀ ਜੇਲ੍ਹ ਦੇ ਅੰਦਰ ਮੁਲਾਕਾਤ ਹੋਈ ਹੈ। ਇਸ ਮੌਕੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਨੇ। ਜੇਲ੍ਹ ਤੋਂ ਬਾਅਦ ਰਾਜਾ ਵੜਿੰਗ ਨਾਭਾ ਦੀ ਅਨਾਜ ਮੰਡੀ ਵੀ ਪਹੁੰਚੇ ਨੇ। ਸਰਕਾਰ ਨੂੰ ਅਲਟੀਮੇਟ ਦਿੱਤਾ ਗਿਆ ਕਿ ਜੇਕਰ 48 ਘੰਟੇ ਦੇ ਅੰਦਰ ਅੰਦਰ ਲਿਫਟਿੰਗ ਸ਼ੁਰੂ ਨਹੀਂ ਹੋਈ ਤਾਂ ਕਾਂਗਰਸ ਦੇ ਲੀਡਰ ਮੰਡੀਆਂ ਦੇ ਵਿੱਚ ਦਿਨ ਰਾਤ ਧਰਨਾ ਦੇਣਗੇ। ਰਾਜਾ ਵੜਿੰਗ ਨੇ ਇਸ ਮੌਕੇ ਕਿਹਾ ਕਿ ਮੈਂ ਖੰਨਾ ਮੰਡੀ ਦੇ ਵਿੱਚ ਜਾ ਕੇ ਵੀ ਧਰਨੇ ਤੇ ਬੈਠਾਂਗਾ। ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਕਿ ਭਾਵੇਂ ਸਾਨੂੰ 5 ਦਿਨ ਮੰਡੀਆਂ ਦੇ ਵਿੱਚ ਰੁਲਦੇ ਨੂੰ ਹੋ ਗਏ ਨੇ, ਪਰ ਰਾਜਾ ਵੜਿੰਗ ਸਿਆਸਤ ਕਰਨ ਦੇ ਲਈ ਮੰਡੀਆਂ ਦੇ ਵਿੱਚ ਫਿਰ ਰਿਹਾ। ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਇਹੋ ਹਾਲ ਸੀ ਤੇ ਹੁਣ ਆਪਦੀ ਸਰਕਾਰ ਹੁੰਦਿਆਂ ਵੀ ਇਹੋ ਹਾਲ ਹੈ। ਖਹਿਰਾ ਸਾਹਿਬ ਬਿਲਕੁਲ ਧੱਕਾ ਤਾਂ ਸੁਖਪਾਲ ਸਿੰਘ ਖਹਿਰਾ ਨੇ ਕੀ ਕਹਿਣਾ ਹੈ ਇਹ ਸਾਰੇ ਪੰਜਾਬ ਨੂੰ ਪਤਾ ਹੈ ਕੀ ਹੋਇਆ ਸੁਖਪਾਲ ਸਿੰਘ ਖਹਿਰਾ ਦੇ ਨਾਲ। ਬਿਲਕੁਲ ਮੈਂ ਸਮਝਦਾ ਕਿ ਜਮਾਂ ਸਰਾਸਰ ਧੱਕਾ ਹੋਇਆ। 8 ਸਾਲ ਪੁਰਾਣਾ ਕੇਸ ਹੈ ਅਤੇ ਉਹਦੇ ਵਿੱਚ ਇਨਵੋਲਵ ਕਰਕੇ ਜਿਸ ਤਰ੍ਹਾਂ ਦਾ ਤਸੱਦਦ ਕੀਤਾ ਗਿਆ ਹੈ ਸਾਰਾ ਦੇਸ਼ ਔਰ ਸਾਰਾ ਪੰਜਾਬ ਜਾਣਦਾ ਹੈ ਔਰ ਸਾਰੇ ਲੋਕਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ। ਅਸੀਂ ਉਹਨਾਂ ਨੂੰ ਮੁਲਾਕਾਤ ਕੀਤੀ ਹੈ ਚੜ੍ਹਦੀ ਕਲਾ 'ਚ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਹੋਰ ਵੀ ਜਿਹੜੀ ਇਨਫੋਰਮੇਸ਼ਨ ਹੈ ਕਿ ਮੇਰੇ ਖਿਲਾਫ਼ ਕੁਝ ਹੋਰ ਮੁਕੱਦਮਾ ਦਰਜ ਕਰਨ ਦੀ ਵੀ ਸਰਕਾਰ ਦੀ ਮਨਸ਼ਾ ਤੇ ਤਿਆਰੀ ਹੈ। ਮੈਂ ਸਮਝਦਾ ਕਿ ਇਹ ਸਰਾਸਰ ਇਹ ਕਿਉਂਕਿ ਰਾਜਨੀਤੀ ਦੇ ਵਿੱਚ ਇਹ ਤਾਂ ਸੁਣਿਆ ਸੀ ਕਿਸੇ 'ਤੇ ਕੋਈ 452 ਲੱਗ ਗਈ, ਕਿਸੇ 'ਤੇ 26 ਦਾ ਮੁਕੱਦਮਾ ਹੋ ਗਿਆ, ਲੇਕਿਨ NDPS ਐਕਟ ਦੇ ਤਹਿਤ ਚਾਹੇ ਉਹ ਕੋਈ ਵੀ ਵਿਰੋਧੀ ਵਿਅਕਤੀ ਹੈ ਅਗਰ ਕਿਸੇ 'ਤੇ ਇਸ ਪ੍ਰਕਾਰ ਦਾ ਨਜਾਇਜ਼ ਪਰਚਾ ਹੁੰਦਾ ਹੈ, ਮੈਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਲੋਕਤੰਤਰ ਦੇ ਵਿੱਚ ਕੋਈ ਹੋ ਨਹੀਂ ਸਕਦੀ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਦ ਮੈਂ ਬਾਕੀ ਵੀ ਕਈ ਵਾਰੀ ਸੂਬਿਆਂ ਦਾ ਵੇਖਿਆ ਕੰਮ, ਜਦੋਂ ਵੈਂਡੇਟਾ ਪੋਲੀਟਿਕਸ ਹੋਈ ਹੈ, ਬਦਲਾਖੋਰੀ ਦੀ ਭਾਵਨਾ ਨਾਲ ਕਿਸੇ 'ਤੇ ਕਾਰਵਾਈ ਹੁੰਦੀ ਹੈ, ਫਿਰ ਉਹ ਵਿਅਕਤੀ ਵੀ ਉੱਭਰ ਕੇ ਆਉਂਦਾ ਅਤੇ ਨਾਲ ਸਰਕਾਰ ਦੇ ਪ੍ਰਤੀ ਜਨਤਾ ਦਾ ਪਬਲਿਕ ਦਾ ਰੋਸ ਵੀ ਵੱਧ ਹੈ। ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰ ਨੂੰ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਕਿ ਆਓ ਰਲ ਮਿਲ ਕੇ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ, ਪੰਜਾਬ ਨੂੰ ਲੀਹਾਂ 'ਤੇ ਲੈ ਕੇ ਜਾਣ ਦੀ ਗੱਲ ਕਰੀਏ। ਆਪਾਂ ਕਿਹੜੀ ਬਹਿਸ ਵਸਾਈਏ 'ਚ ਪੈ ਗਏ? ਮੈਂ ਤੁਹਾਨੂੰ SYL ਦੇ ਮੁੱਦੇ 'ਤੇ ਵੀ ਇਹ ਗੱਲ ਕਹੀ ਸੀ, ਪੁਰਾਣੀਆਂ ਛੱਡੀਏ, ਇੱਕ ਦੂਜੇ 'ਤੇ ਇਲਜ਼ਾਮ ਲਾਈ ਜਾਂਦਾ, ਦੂਜਾ ਦੂਜੇ 'ਤੇ ਲਾਈ ਜਾਂਦਾ, ਤੀਜਾ ਤੀਜੇ 'ਤੇ ਲਾਈ ਜਾਂਦਾ, ਰਲ ਮਿਲ ਕੇ ਬੁੱਧੀਜੀਵਾਂ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਇਸ ਪਾਣੀ ਦੇ ਬਾਰੇ ਜਿਨ੍ਹਾਂ ਨੂੰ ਨੌਲੇਜ ਹੈ, ਜਿਨ੍ਹਾਂ ਨੇ ਕੰਮ ਕੀਤਾ ਕਿਸਾਨ ਜਥੇਬੰਦੀਆਂ ਦੇ ਨਾਲ, ਸਾਰੀਆਂ ਪਾਰਟੀਆਂ ਰਲ ਮਿਲ ਕੇ ਇੱਕ ਪਲੈਟਫਾਰਮ 'ਤੇ ਆ ਕੇ ਅਸੀਂ SYL ਦੀ ਗੱਲ ਕਰੀਏ, ਅਤੇ ਤੁਸੀਂ ਤਾਂ ਕਹਿ ਦਿੰਦੇ ਹੋ ਵੀ ਆ ਜਾਓ ਮੇਰੇ ਨਾਲ ਬਹਿਸ ਕਰੋ। ਹੁਣ ਯਾਰ ਮੁੱਖ ਮੰਤਰੀ ਸਾਹਿਬ ਦੇ ਨਾਲ ਬਹਿਸ, ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਦੇਣੇ, ਅਸੀਂ ਥੋੜ੍ਹੀ ਦੇਣੇ ਹੈ। ਸੋ ਮੇਰਾ ਤਾਂ ਇੱਕ ਹੀ ਮਕਸਦ ਆ, ਅੱਜ ਮੈਂ ਹੁਣ ਮੰਡੀਆਂ 'ਚ ਜਾ ਕੇ ਆਇਆ, ਹੁਣ ਵੀ ਮੰਡੀ 'ਚ ਜਾ ਰਹੇ ਹਾਂ, ਜੋ ਮੰਡੀਆਂ 'ਚ ਕਿਸਾਨ ਦਾ ਹਾਲ ਹੈ ਉਹ ਤਰਸਯੋਗ ਹਾਲਤ ਹੈ ਕਿ ਮੰਡੀਆਂ 'ਚ ਰੋਲ ਰਿਹਾ ਕਿਸਾਨ। ਇਹ ਕਹਿੰਦੇ ਸੀ ਜੀਰੀ ਆਇਆ ਕਰੂਗੀ, ਇੱਕ ਦਿਨ 'ਚ ਚੱਕ ਲਿਆ ਕਰਾਂਗੇ। ਅੱਜ 15-15 ਦਿਨ ਹੋ ਗਏ ਮੰਡੀ 'ਚ ਬੈਠਿਆਂ ਨੂੰ, ਅੱਜ ਮੈਂ ਨਾਭਾ ਦੀ ਮੰਡੀ 'ਚ ਵਿਜ਼ਿਟ ਕਰਕੇ ਆਊਂਗਾ, ਕਿਸਾਨ ਮਰ ਰਿਹਾ। ਸ਼ੈਲਰ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਸ਼ੈਲਰ ਵਾਲ ਦੀ ਹੜਤਾਲ ਕਿਉਂ ਹੈ? ਕਿਉਂਕਿ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਜਿਹੜਾ ਉਹ ਸੈਂਟਰ ਗੌਰਮੈਂਟ ਦੇ ਨਾਲ ਨਹੀਂ ਹੈ। ਉਹਨਾਂ ਨੇ ਜਿਹੜਾ ਫਰਟੀਲਾਈਜ਼ ਜਿਹੜਾ ਉਹ ਨਿਊਟ੍ਰੀਸ਼ਨ ਚਾਵਲ ਵਿੱਚ ਪਾਉਣਾ ਹੈ, ਪਿਛਲੇ ਸਾਲ ਤੋਂ ਇਹ ਲਾਗੂ ਹੋਇਆ, ਉਹ ਕਹਿੰਦੇ ਵੀ ਬਿਹਾਰ ਜਾ ਕੇ ਸਾਡਾ ਸੈਂਪਲ ਫੇਲ ਕਰ ਦਿੰਦੇ ਇਹ। ਪੰਜਾਬ ਸਰਕਾਰ ਨੂੰ ਉਹਨਾਂ ਨਾਲ ਮੀਟਿੰਗ ਕਰਕੇ ਤੇ ਕੇਂਦਰ ਸਰਕਾਰ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ।
ਇੱਥੇ ਜੋ ਮਰਜ਼ੀ ਟੈਸਟ ਕਰ ਲਓ, ਇੱਥੇ ਤੁਸੀਂ ਸਾਰਾ ਕੁਝ ਚੈੱਕ ਕਰ ਲਓ, ਜੇ ਇੱਥੋਂ ਤੁਸੀਂ ਤੁਹਾਡੇ ਬੰਦੇ ਨੇ TA ਨੇ ਗੱਡੀ ਲਾ ਲਈ ਹੈ ਉਹਨੂੰ ਚੈੱਕ ਕਰਕੇ ਉਹਨੂੰ ਪਾਸ ਕਰਕੇ ਤੁਸੀਂ ਬਿਹਾਰ ਜਾ ਕੇ ਫੇਲ ਕਰ ਦਿਓ, ਉਹ ਬਿਹਾਰੋਂ ਮਾਲ ਲਿਆਏਗਾ, ਉਹਦਾ ਖਰਚਾ ਪਏਗਾ, ਉਹ ਬਦਲੇਗਾ, ਕਿੱਦਾਂ ਮਾਲ ਚੱਕੇਗਾ ਉਹ? ਇਹ ਕਿਹਨੇ ਗੱਲ ਕਰਨੀ ਹੈ? ਅੱਜ ਬਾਰਿਸ਼ ਜ਼ਿਆਦਾ ਹੋ ਗਈ, ਕਲਰ ਡੈਮੇਜ ਹੋ ਗਿਆ, ਜਿਹੜਾ ਕਿਸਾਨ ਦਾ ਕਾਲਾ ਹੋ ਗਿਆ, ਉਹਦੀ ਗੱਲ ਸਪੈਸੀਫਿਕੇਸ਼ਨ ਦੀ, ਕਿਉਂਕਿ ਡੈਮੇਜ ਡਿਸ ਕਲਰ, ਕਲਰ ਦੀ ਕੋਈ ਸਪੈਸੀਫਿਕੇਸ਼ਨ ਹੁੰਦੀ ਹੈ ਕਿ ਇੰਨੇ ਪਰਸੈਂਟ ਹੀ ਲੈਣਾ, ਉਹ ਵੀ ਗੱਲ ਸਰਕਾਰ ਕਰਦੀ ਹੈ ਵੀ ਇਸ ਵਾਰੀ ਪੰਜਾਬ ਦਾ ਜਿਹੜਾ ਝੋਨੇ ਦਾ ਦਾਣਾ ਸੀ ਉਹ ਜ਼ਿਆਦਾ ਡੈਮੇਜ ਹੋ ਗਿਆ, ਸਾਨੂੰ ਇਹਦੇ 'ਚ ਰਿਲੈਕਸੇਸ਼ਨ ਦਿਓ, ਇਹ ਪੰਜਾਬ ਸਰਕਾਰ ਨੇ ਗੱਲ ਕਰਨੀ। ਉੱਧਰੋਂ ਆੜ੍ਹਤੀਆਂ ਮਰਿਆ ਪਿਆ, ਉਹਨਾਂ ਦੇ ਮਾਲ ਸੁੱਟਿਆ ਪਿਆ, ਬੋਰੀਆਂ 'ਚ ਭਰਿਆ ਪਿਆ, ਉੱਤੋਂ ਬਾਰਿਸ਼ ਹੋ ਗਈ, ਮਾਲ ਹੀਟਡ ਹੋ ਗਿਆ, ਉਹ ਹੁਣ ਹੁਣ ਚੱਕਣਾ ਕਿਹਨੇ? ਉਹ ਵੱਟਾ ਲੱਗਣਾ ਕਿਸਾਨ ਨੂੰ, ਕਿਉਂਕਿ ਸ਼ੈਲਰ 'ਚ ਜਾ ਕੇ ਸ਼ੋਰਟੇਜ ਪੈ ਜਾਣੀ ਹੈ। ਸੋ ਇਹ ਸਾਰੀ ਪ੍ਰਕਿਰਿਆ ਇਹਨਾਂ ਨੇ ਸਾਰਾ ਤਹਿਸ਼ ਨਹਿਸ਼ ਕਰਤਾ। ਅੱਜ ਧਿਆਨ ਦੇਣ ਦੀ ਲੋੜ ਸੀ ਕਿਸਾਨ 'ਤੇ, ਪ੍ਰੋਕਿਓਰਮੈਂਟ 'ਤੇ। ਸੋ ਮੈਂ ਅੱਜ ਇੱਥੇ ਹਦਾਇਤ ਵੀ ਦਿੰਦਾ, ਅਗਰ 48 ਘੰਟਿਆਂ 'ਚ ਲਿਫਟਿੰਗ ਨਹੀਂ ਚੱਲੀ, ਪੰਜਾਬ ਦੇ ਤਮਾਮ ਰਾਜਨੀਤਿਕ ਲੋਕ ਸਾਡੇ ਕਾਂਗਰਸ ਪਾਰਟੀ ਦੇ ਮੰਡੀਆਂ ਦੇ ਵਿੱਚ ਜਾ ਕੇ ਧਰਨਾ ਦੇਣਗੇ ਅਤੇ ਮੰਡੀਆਂ ਦੇ ਵਿੱਚ ਰਹਿਣਗੇ। ਜਿੰਨਾ ਚਿਕਰ ਕਿਸਾਨ ਦੀ ਲਿਫਟਿੰਗ ਨਹੀਂ ਹੋਏਗੀ, ਅਸੀਂ ਉਹਨਾਂ ਚਿਕਰ ਉੱਥੇ ਰਵਾਂਗੇ, ਸ਼ੁਰੂ ਨਹੀਂ ਹੋਏਗੀ। ਸੋ ਇਹ ਲੜਾਈ ਲੜਾਂਗੇ। ਸੋ ਮੇਰੇ ਕਹਿਣ ਦਾ ਮਤਲਬ, ਜਿਹੜੇ ਪੰਜਾਬ ਦੇ ਭੱਖ ਦੇ ਮੁੱਦੇ ਹੈ, ਜਿਹੜੇ ਪੰਜਾਬ ਦੇ ਅੱਜ ਜ਼ਰੂਰਤ ਹੈ, ਅੱਜ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਹੋਰ ਕੰਮਾਂ ਦੇ ਪਿੱਛੇ ਪਏ। ਅਪਰੋਚ ਕਿਉਂ ਨਹੀਂ ਕੀਤੀ ਮੁੱਖ ਮੰਤਰੀ ਨੇ? ਜਦਕਿ ਇਹ ਤਾਂ ਹੁਣ ਮੁੱਖ ਮੰਤਰੀ ਨੂੰ ਪੁੱਛੋ ਭਾਈ ਵੀ ਕਿਉਂ ਨਹੀਂ ਕੀਤੀ। ਆੜ੍ਹਤੀਆ ਪਰੇਸ਼ਾਨ, ਕਿਸਾਨ ਪਰੇਸ਼ਾਨ, ਸ਼ੈਲਰ ਵਾਲਾ ਪਰੇਸ਼ਾਨ, ਹੁਣ ਸ਼ੈਲਰ ਵਾਲੇ ਦੀ ਵੀ ਗੱਲ 'ਚ ਫਾਇਆ ਪਾਇਆ ਹੋਇਆ ਵਿਚਾਰੇ ਦੇ ਸਕਦੇ, ਧਰਨੇ 'ਚੋਂ ਨਿਕਲੀ ਹੋਈ ਪਾਰਟੀ ਹੈ ਜੀ, ਧਰਨਾ ਕਿਉਂ ਦਿੱਤਾ? ਉਹ ਧਰਨਾ ਇਹਨਾਂ ਨੇ ਕੀ ਦਿੱਤਾ? ਧਰਨੇ ਨਾਲ ਮੈਂ ਕਹਿੰਦਾ ਯਾਰ, ਤੁਸੀਂ ਸਰਕਾਰ 'ਚੋਂ ਓਪੋਜੀਸ਼ਨ ਵਾਲਾ ਬੰਦਾ ਧਰਨੇ ਦਿੰਦਾ, ਜਿਹਦੀ ਗੱਲ ਨਹੀਂ ਸੁਣੀ ਜਾਂਦੀ। ਸਰਕਾਰ ਵਾਲਾ ਜਾ ਕੇ ਇੱਥੋਂ ਹੈਲੀਕਾਪਟਰ ਚੱਕਣ ਅਤੇ ਦਿੱਲੀ ਜਾਣ ਅਤੇ ਇੱਥੋਂ ਦੇ ਕਿਸਾਨ ਉਹਨਾਂ ਨੂੰ ਲੈ ਕੇ ਜਾਣ ਸ਼ੈਲਰ ਵਾਲਿਆਂ ਨੂੰ, ਅਤੇ ਕੇਂਦਰ ਮੰਤਰੀ ਨਾਲ ਮੀਟਿੰਗ ਕਰਨ ਅਤੇ ਮਸਲਾ ਹੋ ਲੈ ਜੀ। ਕਮ ਸੇ ਕਮ ਤੁਸੀਂ ਤਾਂ ਲੈਟਰ ਲਿਖੋ। ਪੰਜਾਬ ਸਰਕਾਰ ਨੂੰ ਹੀ ਹਜੇ ਤੱਕ ਕਿਸੇ ਪ੍ਰਕਾਰ ਦੀ ਮੀਟਿੰਗ ਨਹੀਂ ਕੀਤੀ। ਰਾਜਪਾਲ ਨੇ ਦੂਜੀ ਜਿਹੜੀ ਹੈਗੀ ਆ ਚਿੱਠੀ ਭੇਜੀ ਆ। ਯਾਰ ਮੈਂ ਕਹਿ ਰਿਹਾ ਵੀ 100% ਅਸੀਂ ਜਦੋਂ ਗਵਰਨਰ ਐਡਰੈਸ ਕੀਤਾ ਉਦੋਂ ਕਿਹਾ ਸੀ 66,000 ਕਰੋੜ ਰੁਪਇਆ, ਜਦੋਂ ਗਵਰਨਰ ਸਾਹਿਬ ਪੜ੍ਹ ਕੇ ਗਏ ਸੀ ਗਵਰਨਰ ਐਡਰੈਸ, ਉਦੋਂ 66,000 ਕਰੋੜ ਰੁਪਇਆ ਸੀ, 31,000 ਕਰੋੜ ਲੈ ਲਿਆ ਸੀ, 36,000 ਕਰੋੜ ਦੀ ਤਜਵੀਜ਼ ਅਸੀਂ ਰੌਲਾ ਪਾਇਆ, ਗਵਰਨਰ ਸਾਹਿਬ ਨੇ ਸਾਡੀ ਇੱਕ ਨਾ ਸੁਣੀ, ਪਰ ਅਸੀਂ ਉਹਨਾਂ ਨੇ ਜਿਹੜਾ ਇਹ ਗੱਲ ਕਹਿੰਦੇ ਵੀ ਕਰਜ਼ਾ, ਬਿਲਕੁਲ ਅਸੀਂ ਸਹਿਮਤ ਹੈ ਗਵਰਨਰ ਸਾਹਿਬ ਨਾਲ, ਪਰ ਕਈ ਗੱਲਾਂ 'ਤੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਨੀ ਹੈ, ਇੱਕ ਚਿੱਠੀ ਤਾਂ ਨੂੰ ਵੀ ਲਿਖ ਦਿਓ ਕਿ ਪੰਜਾਬ ਦਾ ਕਿਸਾਨ ਮਰਿਆ ਪਿਆ, ਸ਼ੈਲਰ ਵਾਲਿਆਂ ਨੂੰ ਆਹ ਕੰਮ ਕਰੋ, SYL 'ਤੇ ਕਰੋ। ਸੋ ਯਾਰ ਇਹ ਸਾਰੇ ਰਲਿਆ ਮਿਲਿਆ, ਪੰਜਾਬ ਦੀ ਗੱਲ ਕੋਈ ਨਹੀਂ ਕਰਦਾ, ਗਵਰਨਰ ਅਤੇ ਮੁੱਖ ਮੰਤਰੀ ਦੋਨੇ ਆਪਸੀ ਲੜਾਈ, ਜਿਹੜੀ ਆਪਦੀ ਈਗੋ ਹੈ ਉਹ ਸੈਟਿਸਫਾਈਡ ਕਰਦੇ, ਉਹਨੂੰ ਚਿੱਠੀ ਲਿਖ ਦਿੰਦਾ, ਉਹਨੂੰ ਚਿੱਠੀ ਲਿਖ ਦਿੰਦਾ। ਸਾਡੇ ਜਿਹੜੇ ਕਾਂਗਰਸੀ ਉਹ ਮੰਡੀਆਂ 'ਚ ਹੀ ਸੌਣਗੇ, ਰਾਜਾ ਵੜੇ ਵੀ ਉੱਥੇ ਮੰਡੀ ਸੌਂਦਾ, ਜਾਂ ਲਿਫਟਿੰਗ ਸ਼ੁਰੂ ਕਰ ਦੇਣ, ਚੱਕ ਲੈਣ ਮਾਲ, ਚੁਕਾ ਲੈ ਸਰਕਾਰ, ਸਰਕਾਰ ਆਪਦੇ ਗਡਾਊਨਾਂ 'ਤੇ ਲੈ ਜੇ ਮਾਲ, ਸਰਕਾਰ ਸ਼ੈਲਰ ਨਹੀਂ ਲੈਂਦੇ। ਤੇ ਪਹਿਲਾਂ ਪ੍ਰੋਸੀਜਰ ਇਹ ਹੁੰਦਾ ਸੀ ਪੁਰਾਣਾ, ਸ਼ੈਲਰ ਨੇ ਤਾਂ ਬਈ ਪੜਤਾ ਵੇਖਣਾ, ਜੇ ਵਿਚਾਰੇ ਨੁਕਸਾਨ ਹੁੰਦਾ ਸ਼ੈਲਰ ਕੀ ਕਰੇ, ਸਰਕਾਰ ਆਪਦੇ ਪਲੰਥਾਂ 'ਤੇ ਮਾਲ ਚੱਕ ਕੇ ਲੈ ਜੇ ਆੜ੍ਹਤੀਆਂ ਦਾ, ਤੇ ਜਿਵੇਂ ਪਹਿਲਾਂ FCI ਮਾਲ ਦਿੰਦੀ ਹੈ ਕਿ ਇੱਕ ਗੱਡੀ ਲੈ ਲਓ ਇੱਕ ਦੇ ਦਿਓ, ਉਵੇਂ ਕਰ ਲੈ। ਜੇ ਸਰਕਾਰ ਕਿਸਾਨ ਨੂੰ ਰਾਹਤ ਦੇਣਾ ਚਾਹੁੰਦੀ ਹੈ ਤਾਂ ਕਿਸਾਨ ਇਹ ਕਰ ਲੈ। ਨਾਭਾ ਦੀ ਮੰਡੀ ਦਾ ਹਾਲ ਦੇਖ ਲਓ, ਆਹ ਢਾਂਗਾ ਵੇਖ ਲਓ, ਇਹ ਸਾਰਾ ਮਾਲ ਭਿੱਜ ਗਿਆ, ਹਾਲਾਤ ਇੰਨੇ ਮਾੜੇ ਹੈ ਕਿ ਕੋਈ ਗੱਲ ਸੁਣ ਲਈ ਤਿਆਰ ਨਹੀਂ। ਸੁਣਿਆ ਹੁਣ ਤਾਂ ਫੂਸ ਵਾਲੇ, ਜਿਹੜਾ ਫੂਸ ਇਕੱਠਾ ਕਰਨ ਵਾਲੇ ਹੈ, ਉਹ ਵੀ ਕਿਹਾ ਵੀ ਅਸੀਂ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਦਾ ਠੇਕਾ ਲੈ ਲਿਆ। ਸੋ ਇਹ ਹਾਲਾਤ ਹੈ ਜੀ ਮੰਡੀਆਂ ਦੇ, ਮੈਂ ਆ ਰਿਹਾ, ਆਹ ਦੇਖੋ ਢਾਂਗਾ ਲੱਗੀਆਂ, ਸਟੈਗ ਲੱਗੇ ਪਏ, ਲਿਫਟਿੰਗ ਨਹੀਂ ਹੋਈ, ਮਾਲ ਪਿਆ, ਕਿਸਾਨ ਮਰਿਆ ਪਿਆ।
ਆ ਦੇਖੋ ਆ ਨਾਭਾ ਦੀ ਮੰਡੀ ਦਾ ਹਾਲ ਹੈ, ਸਾਰੇ ਸ਼ੈੱਡ ਭਰੇ ਪਏ। ਦੇਖੋ ਇਹ ਕਹਿੰਦੇ ਸੀ ਵੀ ਕਿਸਾਨ ਇੱਕ ਦਿਨ ਚ ਉਹਨੂੰ ਚੱਕ ਕੇ ਲੈ ਜਾਣਾ ਉਹਦਾ ਮਾਲ, ਇੱਕ ਦਿਨ ਦੇਖੋ ਸਾਰੀ ਮੰਡੀ ਜ਼ਰਾ ਸੰਧੂ ਸਾਹਿਬ ਸਾਧੂ ਸਿੰਘ ਜੀ ਸਾਰੀ ਮੰਡੀ ਦੇਖੋ ਵਿਖਾਓ ਜੀ ਆਹ ਪੰਜਾਬ ਦੇ ਲੋਕਾਂ ਨੂੰ ਭਰੇ ਨੀ ਰਹੇ ਜੀ, ਪੰਜ ਦਿਨ ਹੋ ਗਏ ਹੇਠਾਂ ਲਾ ਰੱਖਿਆ ਜੀ, ਅੱਜ ਪੰਜਵਾਂ ਦਿਨ ਹੋ ਗਿਆ ਜੀ ਬੈਠਣ ਨੂੰ। ਆ ਬਾਕੀ ਆਹ ਦੇਖ ਲਓ ਜੀ ਇੱਧਰ ਬੋਰੀਆਂ ਕਿਵੇਂ ਪਈਆਂ ਨੇ, ਸਮਾਂ ਸਾਡੀ ਚੋਰੀ ਹੋ ਜਾਂਦੀ ਆ ਬੋਰੀਆਂ 'ਚ ਬਹਿ ਬਹਿ ਕੇ ਸਾਡੀ ਜੀਰੀ ਚੱਕ ਤੇ ਕੰਟਰੋਲ ਨਹੀਂ ਉਹਦੇ ਚਿੱਟੇ ਵਾਲੇ ਜੀਰੀਆਂ ਚੱਕ ਚੱਕ ਲਈ ਜਾਂਦੇ ਨੇ ਸਾਡੀਆਂ ਸਮਾਂ ਪਾਣੀ ਦੋ ਭੁੱਖੇ ਮਰੀ ਜਾਂਦੇ। ਹੁਣ ਰਾਜਾ ਬੜਿੰਗ ਕੀ ਆਸ਼ਵਾਸਨ ਦੇ ਕੇ ਗਏ ਨੇ? ਰਾਜਾ ਬੜਿੰਗ ਆਪਦਾ ਬਾਅਦ ਰੋਟੀਆਂ ਸੇਕ ਗਿਆ ਜੀ, ਵੋਟਾਂ ਇਹ ਪੱਕੀਆਂ ਕਰ ਗਿਆ, ਇਹਨਾਂ ਨੇ ਕੀ ਕਰਨਾ ਜੀ ਰਾਜਾ ਬੜਿੰਗ ਨੇ ਜੀ, ਝਾੜੂਆਂ ਨੇ ਤਾਂ ਨੀ ਕੁਛ ਹੋਇਆ, ਇਹ ਵੀ ਪਹਿਲਾਂ ਇਹਨਾਂ ਦੀ ਤੇ ਇਹਨਾਂ ਨੇ ਵੀ ਕੀ ਕਰਿਆ, ਪਹਿਲਾਂ ਇਹ ਵੀ ਇਹੀ ਕੁਛ ਉਦੋਂ ਪਹਿਲਾਂ ਵੀ ਇਹੀ ਕੁਛ ਰਿਹਾ। ਕਿੰਨੇ ਦਿਨ ਹੋ ਗਏ ਮੰਡੀ ਚ ਬੈਠੇ ਨੂੰ? ਪੰਜ ਦਿਨ ਹੋ ਗਏ ਜੀ। ਹੁਣ ਰਾਜਾ ਬੜਿੰਗ ਜੀ ਨੇ ਕੀ ਆਸ਼ਵਾਸਨ ਦੇ ਕੇ ਗਏ ਨੇ? ਠੀਕ ਹੈ ਜੀ, ਬਸ ਮੱਛੀ ਕੋਲ ਹੀ ਮਿੱਠੇ ਬਣੇ ਆਉਂਦੇ ਨੇ। ਪਾਵਰੇ ਨੀ ਹੱਥ ਚ ਕਰਨਾ ਜੀ ਫਿਰ ਜਾਂ ਸਰਕਾਰ ਦੇ ਨੀ ਹੋ ਰਿਹਾ ਜੀ ਮੌਕੇ ਦੀ ਤੋਂ।